ਸੋਰਠ ਮਹੱਲਾ ਪੰਜਵਾਂ, ਘਰ ਦੂਜਾ ਚੌਪਦੇ। ਇਹ ਚੌਪਦੇ ਰਾਗ ਸੋਰਠ ਦੇ ਦੂਜੇ ਘਰ ਵਿੱਚ ਉਚਾਰਨ ਕੀਤੇ ਹੋਏ ਧੰਨ ਗੁਰੂ ਅਰਜਨ ਦੇਵ ਜੀ ਦੇ ਹਨ। ਇੱਕ ਓਂਕਾਰ ਸਤਿਗੁਰ ਪ੍ਰਸਾਦ, ਪਰਮਾਤਮਾ ਇੱਕ ਹੈ ਅਤੇ ਸਤਿਗੁਰ ਦੀ ਕਿਰਪਾ ਦੇ ਨਾਲ ਮਿਲਦਾ ਹੈ। ਏਕ ਪਿਤਾ ਇੱਕ ਸਕੇ ਹਮ ਬਾਰਕ, ਤੂੰ ਮੇਰਾ ਗੁਰ ਹਾਈ। ਹੇ ਮਿੱਤਰ, ਸਾਡਾ ਇੱਕੋ ਹੀ ਪ੍ਰਭੂ ਪਿਤਾ ਹੈ, ਅਸੀਂ ਇੱਕੋ ਪ੍ਰਭੂ ਪਿਤਾ ਦੇ ਬੱਚੇ ਹਾਂ, ਫਿਰ ਤੂੰ ਮੇਰਾ ਗੁਰਭਾਈ ਵੀ ਹੈ। ਸੁਨ ਮੀਤਾ ਜੀਓ ਹਮਾਰਾ ਬਲ ਬਲ ਜਾਸੀ, ਹਰ ਦਰਸ਼ਨ ਦੇਹੋ ਦਿਖਾਈ। ਮੈਨੂੰ ਪਰਮਾਤਮਾ ਦਾ ਦਰਸ਼ਨ ਕਰਾ ਦੇ, ਮੇਰੀ ਜਿੰਦ ਤੇਰੇ ਤੋਂ ਮੁੜ ਮੁੜ ਸਦਕੇ ਜਾਇਆ ਕਰੇਗੀ। ਸੁਨ ਮੀਤਾ ਧੂਰੀ ਕੋ ਬਲ ਜਾਈ, ਹੇ ਮਿੱਤਰ ਮੇਰੀ ਬੇਨਤੀ ਸੁਣ, ਮੈਂ ਤੇਰੇ ਚਰਨਾਂ ਦੀ ਧੂੜ ਤੋਂ ਕੁਰਬਾਨ ਜਾਂਦਾ ਹਾਂ, ਇਹ ਮਨ ਤੇਰਾ ਭਾਈ ਰਹਾਓ। ਹੇ ਭਰਾ, ਮੈਂ ਆਪਣਾ ਇਹ ਮਨ ਤੇਰਾ ਆਗਿਆਕਾਰ ਬਣਾਉਣ ਨੂੰ ਤਿਆਰ ਹਾਂ। ਪਾਲ ਮਲੋਵਾ ਮਲ ਮਲ ਧੋਵਾ, ਇਹ ਮਨ ਤੈਕੂ ਦੇਸਾ। ਹੇ ਮਿੱਤਰ, ਮੈਂ ਤੇਰੇ ਦੋਵੇਂ ਪੈਰ ਮਲਾਂਗਾ, ਇਹਨਾਂ ਨੂੰ ਮਲ ਮਲ ਕੇ ਧੋਵਾਂਗਾ, ਮੈਂ ਆਪਣਾ ਇਹ ਮਨ ਤੇਰੇ ਹਵਾਲੇ ਕਰ ਦਿਆਂਗਾ। ਸੁਨ ਮੀਤਾ ਹੋ ਤੇਰੀ ਸਰਣਾਈ, ਆਇਆ ਪ੍ਰਭ ਮਿਲੋ ਦੇਹੋ ਉਪਦੇਸਾ। ਹੇ ਮਿੱਤਰ ਮੇਰੀ ਬੇਨਤੀ ਸੁਣ, ਮੈਂ ਤੇਰੀ ਸ਼ਰਨ ਆਇਆ ਹਾਂ, ਮੈਨੂੰ ਅਜਿਹਾ ਉਪਦੇਸ਼ ਦੇ ਕਿ ਮੈਂ ਪਰਮਾਤਮਾ ਨੂੰ ਮਿਲ ਸਕਾਂ। ਮਾਂ ਨਾ ਕੀਜੈ ਸਰਣ ਪਰੀਜੈ, ਕਰੇ ਸੁਭਲਾ ਮਨਾਈਐ। ਕਿਸੇ ਕਿਸਮ ਦਾ ਅਹੰਕਾਰ ਨਹੀਂ ਕਰਨਾ ਚਾਹੀਦਾ, ਪਰਮਾਤਮਾ ਦੀ ਸ਼ਰਨ ਪਏ ਰਹਿਣਾ ਚਾਹੀਦਾ ਹੈ। ਜੋ ਕੁਝ ਪਰਮਾਤਮਾ ਕਰ ਰਿਹਾ ਹੈ ਉਸ ਨੂੰ ਭਲਾ ਕਰਕੇ ਮੰਨਣਾ ਚਾਹੀਦਾ ਹੈ। ਸੁਣ ਮੀਤਾ ਜੀਓ, ਪਿੰਡ ਸਭ ਤਨ ਅਰ ਪੀਜੈ, ਇਹੋ ਦਰਸ਼ਨ ਹਰ ਜੀਓ ਪਾਈਐ। ਹੇ ਮਿੱਤਰ ਸੁਣ, ਇਹ ਜਿੰਦ ਅਤੇ ਇਹ ਸਰੀਰ ਸਭ ਕੁਝ ਉਸਦੀ ਭੇਟ ਕਰ ਦੇਣਾ ਚਾਹੀਦਾ ਹੈ, ਇਸ ਤਰ੍ਹਾਂ ਪਰਮਾਤਮਾ ਨੂੰ ਲੱਭ ਲਈਦਾ ਹੈ। ਭਇਓ ਅਨੁਗ੍ਰਹਿ ਪ੍ਰਸਾਦ ਸੰਤਨ ਕੈ, ਹਰ ਨਾਮਾ ਹੈ ਮਿੱਠਾ। ਹੇ ਮਿੱਤਰ, ਸੰਤ ਜਨਾਂ ਦੀ ਕਿਰਪਾ ਨਾਲ ਜਿਸ ਮਨੁੱਖ ਉੱਤੇ ਪਰਮਾਤਮਾ ਦੀ ਮਿਹਰ ਹੋਵੇ ਉਸ ਨੂੰ ਪਰਮਾਤਮਾ ਦਾ ਨਾਮ ਪਿਆਰਾ ਲੱਗਣ ਲੱਗ ਪੈਂਦਾ ਹੈ। ਜਨ ਨਾਨਕ ਕੋ ਗੁਰ ਕਿਰਪਾ ਧਾਰੀ, ਸਭ ਅਕੁਲ ਨਿਰੰਜਨ ਡੀਠਾ। ਹੇ ਮਿੱਤਰ, ਦਾਸ ਨਾਨਕ ਉੱਤੇ ਗੁਰੂ ਨੇ ਕਿਰਪਾ ਕੀਤੀ ਤਾਂ ਨਾਨਕ ਨੂੰ ਹਰ ਥਾਂ ਉਹ ਪਰਮਾਤਮਾ ਦਿਸਣ ਲੱਗ ਪਿਆ ਜਿਸ ਦੀ ਕੋਈ ਖਾਸ ਕੁੱਲ ਨਹੀਂ ਹੈ ਅਤੇ ਜੋ ਮਾਇਆ ਦੇ ਪ੍ਰਭਾਵ ਤੋਂ ਪਰੇ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।